ਏਅਰਪੋਰਟ ਤੋਂ ਕਾਬੂ ਕੀਤੀ ਕੈਨੇਡਾ ਤੋਂ ਆਈ ਕੁੜੀ, ਮੁੰਡੇ ਵਾਲਿਆਂ ਨਾਲ ਮਾਰੀ ਸੀ 28 ਲੱਖ ਦੀ ਠੱਗੀ। ਕੈਨੇਡਾ ਜਾ ਕੇ ਮੁੱਕਰ ਗਈ ਸੀ ਕੁੜੀ, ਮੁੰਡੇ ਨੂੰ ਕੈਨੇਡਾ ਬੁਲਾਉਣ ਤੋਂ ਕਰ ਦਿੱਤਾ ਸੀ ਇਨਕਾਰ। ਹੁਣ 9 ਸਾਲ ਬਾਅਦ ਆਈ ਕਾਬੂ। ਮੁੰਡੇ ਵਾਲਿਆਂ ਨੇ ਜ਼ਮੀਨ ਵੇਚ ਕੇ ਕੀਤਾ ਸੀ ਸਾਰਾ ਖਰਚਾ। ਮੁੰਡਾ ਹੁਣ ਪੰਜਾਬ 'ਚ ਚਲਾ ਰਿਹਾ ਟੈਕਸੀ। ਜਿਹਾਂ ਤਸਵੀਰਾਂ ਦੇ ਵਿੱਚ ਪੁਲਿਸ ਦੀ ਗ੍ਰਿਫਤ ਦੇ ਵਿੱਚ ਇੱਕ ਲੜਕੀ ਦਿਖਾਈ ਦੇ ਰਹੀ ਹੈ, ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਸਨੇ ਵਿਦੇਸ਼ ਜਾਣ ਦੀ ਚਾਹਤ ਦੇ ਵਿੱਚ ਇੱਥੇ ਪਹਿਲਾਂ ਪੰਜਾਬ 'ਚ ਵਿਆਹ ਕਰਵਾਇਆ ਅਤੇ ਜਿਵੇਂ ਹੀ ਲੜਕੇ ਵਾਲਿਆਂ ਨੇ ਆਪਣੀ ਜ਼ਮੀਨ ਵੇਚ ਕੇ 28 ਲੱਖ ਰੁਪਏ ਇਸ ਲੜਕੀ 'ਤੇ ਖਰਚ ਕਰਕੇ ਇਸਨੂੰ ਕੈਨੇਡਾ ਭੇਜਿਆ ਸਟੱਡੀ ਵੀਜ਼ੇ 'ਤੇ, ਤਾਂ ਉੱਥੇ ਜਾ ਕੇ ਉਸ ਲੜਕੇ ਨੂੰ ਬੁਲਾਉਣ ਦੀ ਥਾਂ ਇਹ ਮੁੱਕਰ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਜਾਂਦਾ ਅਤੇ ਇਸ ਲੜਕੀ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਹੋ ਜਾਂਦਾ। ਹਾਲਾਂਕਿ ਹੁਣ ਇਸ ਲੜਕੀ ਨੂੰ ਦਿੱਲੀ ਏਅਰਪੋਰਟ ਤੋਂ ਹੀ ਕਾਬੂ ਕਰ ਲਿਆ ਗਿਆ। ਦੱਸ ਦਈਏ ਕਿ ਮਾਮਲਾ ਲੁਧਿਆਣਾ ਦੇ ਰਾਏਕੋਟ ਦਾ ਦੱਸਿਆ ਜਾ ਰਿਹਾ, ਜਿੱਥੇ ਕਿ ਇੱਕ ਲੜਕੀ ਦਾ ਵਿਆਹ 2015 ਦੇ ਵਿੱਚ ਲੜਕੇ ਨਾਲ ਹੁੰਦਾ ਅਤੇ ਸਟੱਡੀ ਵੀਜ਼ੇ ਦੇ ਲਈ ਇਹ ਲੜਕੀ ਜਦੋਂ ਵਿਦੇਸ਼ ਜਾਣ ਲੱਗਦੀ ਹੈ ਤਾਂ ਲੜਕੇ ਪਰਿਵਾਰ ਦੇ ਵੱਲੋਂ ਇਹ ਸਾਰਾ ਖਰਚਾ ਕੀਤਾ ਜਾਂਦਾ, ਆਪਣੀ ਜ਼ਮੀਨ ਤੱਕ ਵੇਚ ਦਿੱਤੀ ਜਾਂਦੀ ਹੈ ਕਿ ਚਲੋ ਉਹਨਾਂ ਦਾ ਬੇਟਾ ਵੀ ਇਸ ਲੜਕੀ ਦੇ ਨਾਲ ਬਾਹਰ ਜਾ ਕੇ ਰੋਜ਼ੀ ਰੋਟੀ ਕਮਾਉਣ ਜੋਗਾ ਹੋ ਜਾਵੇਗਾ। ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਇਹ ਨੂੰਹ ਕਿੰਨੀ ਵੱਡੀ ਉਹਨਾਂ ਦੇ ਨਾਲ ਠੱਗੀ ਮਾਰਨ ਵਾਲੀ ਹੈ। ਲੜਕੀ ਨੇ ਲੜਕੇ ਨੂੰ ਸਾਫ਼ ਕੈਨੇਡਾ ਬੁਲਾਉਣ ਤੋਂ ਮਨਾ ਕਰ ਦਿੱਤਾ ਸੀ, ਜਿਸ ਤੋਂ ਬਾਅਦ 2015 'ਚ ਇਹਨਾਂ ਦਾ ਵਿਆਹ ਹੁੰਦਾ ਅਤੇ 2021 ਦੇ ਵਿੱਚ ਪੁਲਿਸ ਨੂੰ ਮਾਮਲਾ ਦਰਜ ਕਰਵਾਇਆ ਜਾਂਦਾ। ਪੁਲਿਸ ਦੇ ਕੋਲ ਜਦੋਂ ਮਾਮਲਾ ਦਰਜ ਹੁੰਦਾ ਤਾਂ ਲੜਕੀ ਦੇ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਹੁੰਦਾ, ਜਿਸ ਤੋਂ ਬਾਅਦ ਹੁਣ ਇਹ ਲੜਕੀ ਆਪਣੇ ਭੈਣ ਦੇ ਵਿਆਹ 'ਚ ਵਾਪਸ ਇੰਡੀਆ ਆਈ ਸੀ ਅਤੇ ਆਉਂਦੇ ਸਾਰ ਹੀ ਏਅਰਪੋਰਟ ਅਥਾਰਟੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਤੁਰੰਤ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਂਦਾ, ਕਿਉਂਕਿ ਲੁੱਕ ਆਊਟ ਨੋਟਿਸ ਇਸ ਦੇ ਖਿਲਾਫ਼ ਜਾਰੀ ਹੋਇਆ ਪਿਆ ਸੀ ਅਤੇ ਇੰਡੀਆ ਆਉਣ 'ਤੇ ਦਿੱਲੀ ਏਅਰਪੋਰਟ ਅਥਾਰਟੀ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੜਕੀ ਹੁਣ ਆਪਣਾ ਮੂੰਹ ਛੁਪਾਉਂਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਇਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਸਨੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਹੀ 28 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪਹਿਲਾਂ ਵਿਆਹ ਕਰਵਾਉਂਦੀ ਹੈ ਅਤੇ ਸਟੱਡੀ ਵੀਜ਼ੇ 'ਤੇ ਕੈਨੇਡਾ ਚਲੀ ਜਾਂਦੀ ਹੈ ਅਤੇ ਕੈਨੇਡਾ ਜਾਣ ਦਾ ਸਾਰਾ ਖਰਚਾ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ। ਕਿਹਾ ਜਾ ਰਿਹਾ ਕਿ ਲੜਕੇ ਦਾ ਹੁਣ ਪਰਿਵਾਰ ਕਰਜ਼ੇ ਦੇ ਹੇਠਾਂ ਦੱਬਿਆ ਹੋਇਆ ਅਤੇ ਲੜਕਾ ਟੈਕਸੀ ਚਲਾ ਰਿਹਾ। ਮੇਰਾ ਨਾਮ ਅਮਰੀਕ ਸਿੰਘ ਹੈ ਜੀ। ਮੇਰੇ ਬੇਟੇ ਜਗਰੂਪ ਸਿੰਘ ਦਾ ਜੋ ਵਿਆਹ ਜੋ ਵੀ ਉਹਨਾਂ ਭਾਏ ਹੋਇਆ, ਮੇਰੇ ਭਾਣਾ ਵਾਪਰਿਆ ਦੇਖੋ, ਉਹਦੇ ਮੈਰਿਜ ਕੀਤੀ ਸੀਗੀ ਅਤੇ 4 ਨਵੰਬਰ 2015 ਦੇ ਵਿੱਚ ਜੀ। ਅਤੇ ਜਿਹੜੀ ਸਾਡੀ ਨੂੰਹ ਸੀ ਲੜਕੀ, ਵਧੀਆ ਸੀ, ਵਿਆਹ ਕੇ ਲੈ ਗਿਆ ਸੀ, ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ। ਦੇਖੋ 4 ਨਵੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਅਤੇ 20 ਦਸੰਬਰ ਦੀ ਉਹਦੀ ਫਲੈਟ ਸੀ, 19 ਦਸੰਬਰ ਤੋਂ ਘਰੋਂ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਉਹਨੂੰ ਏਅਰਪੋਰਟ ਤੱਕ ਛੱਡ ਕੇ ਵੀ ਆਇਆ ਸੀ ਅਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ। ਪਹਿਲਾਂ ਸਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ, ਸਾਰੀ ਗੱਲਬਾਤ ਕਰਦੀ ਰਹੀ, ਜਾਣੀ ਵਧੀਆ 2 ਸਾਲ ਅਸੀਂ ਉਹਦੀਆਂ ਫੀਸਾਂ ਭੇਜ ਰਹੇ, ਜਿੰਨੀਆਂ ਮੰਗ ਲੈਂਦੇ ਸੀ ਉਹਨੀ ਫੀਸ ਭੇਜ ਦਿੰਦੇ ਸੀ। ਅਤੇ ਬਾਅਦ ਵਿੱਚ ਜਾਣੀ ਮਤਲਬ 2 ਸਾਲ ਬਾਅਦ ਪੜ੍ਹਾਈ ਬਾਅਦ ਜ਼ਿਆਦਾ ਜਦ ਤੋਂ ਬਾਅਦ ਉਹਦੀ ਮੰਮੀ ਨੇ ਉਹਨੇ ਆਪਣੀ ਫਾਈਲ ਵਾਲ ਲਗਾ ਦਿੱਤੀ, ਤੋਂ ਮੰਮੀ ਜੀ ਲੱਗ ਗਈ, ਮੰਮੀ ਦਾ ਵੀ ਅਮਿਤ ਜਗਰੂਪ ਸਿੰਘ ਨੇ ਜਾਣੀ ਵਧੀਆ ਉਹਦੇ ਨਾਲ ਪੈਸੇ ਸ਼ੋਅ ਕਰਕੇ ਅਤੇ ਵਧੀਆ ਉਹਦੇ ਕਾਗਜ਼ ਪੱਤਰ ਭੇਜ ਕੇ ਉਹਨੂੰ ਭੇਜਿਆ ਜੀ। ਜਦ ਤੋਂ ਬਾਅਦ ਉਸ ਮੰਮਾ ਚਲੇ ਗਈ, ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੇ ਜਾਣ ਨਾਲ ਜਾਣੀ ਹਾਲਾਤ ਬਦਲਦੇ ਗਏ ਚਲੇ ਗਏ ਉਸ ਦੇ ਜੀ। ਤੁਸੀਂ ਮੁਕੱਦਮਾ ਕਦੋਂ ਦਰਜ ਕਰਾਇਆ ਸੀ? ਮੁਕੱਦਮਾ ਅਸੀਂ ਜੁਲਾਈ 2021 ਨੂੰ ਕਰਾਇਆ ਸੀਗਾ ਜੀ। ਸਾਨੂੰ ਪਤਾ ਲੱਗਿਆ ਸੀਗਾ ਵੀ ਇੰਡੀਆ ਆਉਣਾ, ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਵੀ ਇੰਡੀਆ ਆਉਣਾ
ਤੇ ਸਾਨੂੰ ਜਿਸ ਦਿਨ ਉਹ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਦੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ ਏਅਰਪੋਰਟ 'ਤੇ ਗ੍ਰਿਫਤਾਰ ਕਰ ਲਿਆ ਜੀ ਅਤੇ ਉਹਨੂੰ ਉਸਨੂੰ ਲੈ ਕੇ ਆਉਣਾ ਜੀ ਉੱਥੋਂ ਫਿਰ ਹਿਰਾਸਤ ਵਿੱਚ ਲੈ ਕੇ ਆਉਣਾ ਜੀ ਅਤੇ ਜਿਸ ਤਰ੍ਹਾਂ ਉਹ ਇੱਥੇ ਫੜੀ ਹੋਈ ਆ ਰੈਪਿਡ ਪੁਲਿਸ ਕੋਲੇ ਆ ਅਤੇ ਕੀ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ? ਅਸੀਂ ਤਾਂ ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਾਂ ਜੀ ਫਿਰ ਜਾ ਕੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਆਪਣੇ ਸਹੁਰੇ ਪਰਿਵਾਰ ਨੂੰ ਧੋਖਾ ਨਾ ਦੇਣ ਦੇ ਸਕਣ ਉਹ ਅਤੇ ਉਹਨਾਂ ਨੂੰ ਕੋਈ ਸਬਕ ਮਿਲ ਜਾਵੇ ਇਸ ਗੱਲ ਤੋਂ ਅਤੇ ਬਾਕੀ ਹੁਣ ਜਿੰਨੇ ਸਾਡੇ ਪੈਸੇ ਫੈਸਲਾ ਹੋਊ ਜਿਵੇਂ ਦੇਖੀ ਜਾਊਗੀ ਬਾਕੀ ਜਿਵੇਂ ਸਾਡੇ 28 ਲੱਖ ਰੁਪਇਆ ਸੀ ਸਾਡਾ ਖਰਚਾ ਆਇਆ ਸੀ ਸਾਰਾ ਖਰਚਾ ਉਹਦੀ ਪੜ੍ਹਾਈ 'ਤੇ ਜੀ ਅਤੇ ਜਿਵੇਂ ਫੈਸਲਾ ਹੋ ਗਿਆ ਤਾਂ ਵਿਆਹ ਸਮੇਤ ਅਸੀਂ ਮੰਗ ਕਰਾਂਗੇ ਉਹਦੀ ਜੀ। ਸਾਨੂੰ ਇਹ ਵੀ ਪਤਾ ਲੱਗਾ ਕਿ ਤੁਸੀਂ ਪ੍ਰੋਪਰਟੀ ਸੇਲ ਵੀ ਕੀਤੀ ਮੁੰਡੇ ਨੂੰ ਭੇਜਣ ਦੀ? ਹਾਂਜੀ ਪ੍ਰੋਪਰਟੀ ਵੇਚੀ ਸੀਗੀ ਅਸੀਂ ਸਾਡੇ ਕੋਲ 2.5 ਕਿੱਲੇ ਜਿਵੇਂ ਪ੍ਰੋਪਰਟੀ ਸੀਗੀ ਜਿਸ ਵਿੱਚ ਅਸੀਂ ਸਾਰ ਵੇਚ ਚੁੱਕੇ ਹਾਂ ਥੋੜ੍ਹੀ ਰਹਿ ਗਈ ਸਾਡੇ ਕੋਲ ਮਤਲਬ 1.5 ਵਿਘਾ ਰਹਿ ਗਿਆ ਜੀ ਉਹਨੇ ਕਿਹਾ ਹੁਣ ਕੀ ਇਹਨਾਂ ਕੀ ਕੀਤਾ ਸਰ ਸਕਦਾ ਉਹਨੇ ਨਾਲ ਖਾਣ ਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ। ਮੁੰਡਾ ਕੀ ਕਰਦਾ ਅੱਜ ਕੱਲ੍ਹ? ਮੁੰਡਾ ਅੱਜ ਕੱਲ੍ਹ ਲਾ ਲੈਂਦੇ ਫੈਕਟਰੀ ਵਿੱਚ ਜੀ ਟੈਕਸੀ ਚਲਾ ਰਿਹਾ 10,000 ਰੁਪਇਆ ਤਨਖਾਹ ਮਿਲਦੀ ਆ ਉਹ ਨਾਲ ਸਾਡਾ ਗੁਜ਼ਾਰਾ ਹੁੰਦਾ। ਠੀਕ ਹੈ ਤੇ ਇੱਕ ਲੜਕੀ ਕਿਉਂ ਆਈ ਹੈ ਹੁਣ ਇੰਡੀਆ ਜੀ? ਇੰਡੀਆ ਇਹਦੀ ਆਪਦੀ ਸਿਸਟਰ ਤੇ ਕਿਤੇ ਮੈਰਿਜ ਹੋਊਗੀ ਨਹੀਂ ਤਾਂ ਇਹਨੇ ਕਿਉਂ ਆਉਣਾ ਸੀਗਾ ਸਾਨੂੰ ਤਾਂ ਕੋਈ ਪਤਾ ਨਹੀਂ ਸੀਗਾ ਜੀ ਮੈਰਿਜ ਦੇ ਸਿਲਸਿਲੇ ਵਿੱਚ ਤੇ ਇਹਨੂੰ ਆਇਆ ਮੈਡਮ ਕਿਤੇ ਗ੍ਰਿਫਤਾਰ ਮੈਂ ਨਹੀਂ ਹੋਊਂਗੀ ਸਕੂੰਗੀ ਇਹਨੂੰ ਅਣਜਾਣ ਹੋਊਗੀ ਕੀ ਸਮਝ ਸਕਦੇ ਹਾਂ ਇਹ ਗੱਲ ਤਾਂ ਜੀ। ਜਿਸ ਤਰ੍ਹਾਂ ਹੁਣ ਇਹਦੀ LOC ਤੋਂ ਬਾਅਦ ਇਸਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਕਤ ਦਿੱਲੀ ਪੁਲਿਸ ਜਾਂ ਏਅਰਪੋਰਟ ਪੁਲਿਸ ਜਾਂ ਪੰਜਾਬ ਪੁਲਿਸ ਦੀ ਰੋਲ ਕਿਸ ਤਰ੍ਹਾਂ ਰਿਹਾ? ਇਸ ਨੂੰ ਦਿੱਲੀ ਪੁਲਿਸ ਨੇ ਜੀ ਉੱਥੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਫੋਨ ਕੀਤਾ ਹੋਊਗਾ ਜੀ ਅਤੇ ਪੰਜਾਬ ਪੁਲਿਸ ਵਾਲਿਆਂ ਨੇ ਫੋਨ ਸਾਨੂੰ ਲੜਕੇ ਨੂੰ ਕੀਤਾ ਚਲੋ ਲੜਕਾ ਨਹੀਂ ਉੱਥੇ ਮੈਨੂੰ ਪਤਾ ਲੱਗਿਆ ਮੈਂ ਅਠਾਲ ਕੇ ਚਲੋ ਇਹਨਾਂ ਨੂੰ ਗੱਡੀ ਕਰਕੇ ਭੇਜੀ ਲੈ ਕੇ ਗਏ ਨਾਲ ਮੁੰਡੇ ਨੂੰ ਉੱਥੇ ਅਤੇ ਗ੍ਰਿਫਤਾਰ ਕਰਕੇ ਲੈ ਕੇ ਆਏ ਜੀ ਅਤੇ ਅੱਜ ਹੁਣ ਪੇਸ਼ ਕਰਕੇ ਯਾਨੀ ਅਦਾਲਤ ਵਿੱਚੋਂ ਇਹਨਾਂ ਨੇ ਰਿਮਾਂਡ ਲੈ ਲਿਆ ਬਾਕੀ ਕੱਲ੍ਹ ਨੂੰ ਜੋ ਵੀ ਦੇਖੀ ਜਾਊਗੀ। ਇਸ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਸਾਨੂੰ ਪੂਰਾ ਇਨਸਾਫ਼ ਮਿਲਣਾ ਚਾਹੀਦਾ ਜੀ ਲੜਕੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਜੀ ਤਾਂ ਕਿ ਆਉਣ ਵਾਲੀਆਂ ਹੋਰ ਲੜਕੀਆਂ ਨੂੰ ਵੀ ਇਸ ਤੋਂ ਮਤਲਬ ਸਬਕ ਮਿਲ ਸਕੇ ਜੀ। ਵਧੀਆ ਸੀ ਵਿਆਹ ਕੇ ਲੈ ਕੇ ਆਏ ਸੀ ਬਹੁਤ ਵਧੀਆ ਰਹੀ ਮੇਰੇ ਨਾਲ 1.5 ਮਹੀਨਾ ਉਹਦੇ ਬਾਅਦ ਬਾਹਰ ਵੀ ਤਿਆਰੀ ਹੋ ਗਈ ਸੀ ਬਹੁਤ ਚੀਜ਼ ਦਵਾਈ ਉਹਨੂੰ ਕੋਈ ਚੀਜ਼ ਮੰਗਦੀ ਸੀ ਉਹੀ ਸਾਰੀ ਚੀਜ਼ ਲੈ ਕੇ ਭੇਜੀ ਉਹਨੂੰ ਨਾਲ ਫਿਰ ਕਹਿੰਦੇ ਮੈਂ ਉਹ ਚੀਜ਼ ਲੈਣੀ ਉਹ ਲੈਣੀ ਉਹ ਵੀ ਫਿਰ ਅਸੀਂ ਦਵਾਈ ਔਖੀ ਸੌਖਿਆਂ ਨੂੰ 1,00,000 ਰੁਪਏ ਦੀ ਭੇਜ ਦਿੱਤੀ ਉਹਨੂੰ ਮੰਗੀ ਫਿਰ ਦਵਾਈ ਫਿਰ ਜਾਣ ਲੱਗੀ ਵਧੀਆ ਖੁਸ਼ ਹੋ ਕੇ ਆਨੰਦ ਮਿਲ ਮਿਲ ਕੇ ਗਈ ਪਾਉਣ ਵੀ ਕਰ ਦਿੰਦੀ ਥੋੜ੍ਹਾ ਟਾਈਮ ਉਹਦੇ ਬਾਅਦ 'ਚ ਵਧੀਆ ਚੱਲ ਕਈ ਵਾਰ ਕਹਿ ਦੇਣਾ ਮੈਨੂੰ ਟਾਈਮ ਨਹੀਂ ਹੈਗਾ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਉਣਾ ਕਹਿ ਦਿੰਦੀ ਮੈਂ ਬੀਜੀ ਹਾਂ ਮੈਨੂੰ ਟਾਈਮ ਨਹੀਂ ਹੈਗਾ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਦੋਂ ਉਹਦਾ ਵੀ ਫੋਨ ਬੀਜੀ ਆਉਂਦਾ ਫਿਰ ਵੀ ਵਧੀਆ ਕਰੀ ਗਈ ਕਦੇ ਕਦੇ ਕਰ ਲੈਂਦੀ ਸੀ ਚਲੋ ਮੰਮੀ ਬਾਹਰ ਚਲੀ ਗਈ ਫਿਰ ਜਮੀ ਫੋਨ ਉਹਨੇ ਬੰਦ ਕਰਤਾ ਅਸੀਂ ਕਹਿੰਦੇ ਵੀ ਸਾਡਾ ਕਿੰਨਾ ਪੈਸਾ ਲੱਗਿਆ ਉਹਨਾਂ ਪੂਰਾ ਮਰ ਜਾਏ ਸਾਨੂੰ ਵੱਧ ਤੋਂ ਵੱਧ ਸਜ਼ਾ ਇਹਨੂੰ ਮਿਲਣੀ ਚਾਹੀਦੀ ਹੈ ਹੋਰ ਕੁੜੀਆਂ ਨੂੰ ਵੀ ਪਤਾ ਲੱਗ ਜਾਏ ਵੀ ਕੀ ਮੈਂ ਕਰੀਦਾ ਹੁਣ ਇਹਦੇ ਨਾਲ ਹੋ ਗਿਆ ਆਪਾਂ ਵੀ ਡਰੋ ਜੇ ਆਪਾਂ ਨਾ ਇਹੋ ਜਿਹੀ ਗਲਤੀ ਕਰੇ ਹਾਂ ਭਾਈ ਇੱਕ ਜਿਵੇਂ ਹੁਣ ਤੁਹਾਡਾ ਇਕੱਲਾ ਇਕੱਲਾ ਪੁੱਛੀ ਦਾ ਇੰਨਾ ਸਾਲ ਉਹ ਬੜੇ ਚਾਅ ਨਾਲ ਲਾਦਨਾ ਬੜੇ ਮਤਲਬ ਮਨ ਦੇ ਵਿੱਚ ਸੁਪਨੇ ਲੈ ਕੇ ਤੁਸੀਂ ਵਿਆਹ ਕੇ ਲਾਏ ਸੀ ਹੋਰ ਮੈਂ ਮੇਰੇ ਪੁੱਤ ਜੀ ਨਾਲ ਜਾਊਗਾ ਹਰ ਵੀ ਮੇਰੇ ਮੁੰਡੇ ਨੂੰ ਵੀ ਸੱਦੂਗੀ ਵੀ ਮੇਰੇ ਮੁੰਡਾ ਵੀ ਬਾਹਰਲੇ ਪੈਸੇ ਕਮਾਊ ਮੈਂ ਵੀ ਨਾਲ ਜਾਊਂਗੀ ਵੀ ਮੈਨੂੰ ਬਹੁਤ ਚਾਅ ਸੀ ਵੀ ਮੈਂ ਵੀ ਬਾਹਰ ਤੇ ਹੁਣ ਮਨ ਦੇ ਵਿੱਚ ਕਿਵੇਂ ਕਿੰਨੇ ਕਿਵੇਂ ਜਿਹੇ ਮੈਸੇਜ ਹੁੰਦਾ ਹੁਣ ਬਹੁਤ ਹੋਇਆ ਫਿਰ ਹੁਣ ਆਈ ਸਾਡੇ ਘਰ ਆਉਣਾ ਸੀ ਹੁਣ ਉੱਧਰ ਆਈ ਨਹੀਂ ਹੈ ਬਹੁਤ ਦੁੱਖ ਹੋਇਆ ਜੋ ਇੱਕ NRI ਲੜਕੀ ਫੜੀ ਆ ਉਹਦੇ ਮਾਮਲੇ ਕੀ ਕਹਿਣਾ ਚਾਹੁੰਦੇ ਹੋ?
ਸਾਡੇ ਕੋਲ ਇੱਕ ਮੁਕੱਦਮਾ ਸੀ ਦਰਜ ਕਰਾਇਆ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੇਰਨਾ ਕਲਾਂ ਪਠਾਣਾ ਸਦਰ ਕੋਟ ਜੀ ਪਿੰਡ ਪੈਂਦਾ। ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸੀਨੀਅਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕਰੁਕ ਖੇਤਰ ਹਾਲ ਵਾਸੀ ਦਰਾਹਾ ਉਹਦੇ ਨਾਲ ਉਹਨਾਂ ਨੇ ਮੈਰਿਜ ਕਰੀ ਸੀ। ਮੈਰਿਜ ਇਸ ਬੇਸ 'ਤੇ ਕਰੀ ਸੀ ਵੀ ਉਹ ਕੁੜੀ ਆਈਲੈਟ ਪਾਸ ਸੀ ਅਤੇ ਵਿਆਹ ਤੋਂ ਬਾਅਦ ਇਹਨੂੰ ਬਈ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕਨੇਡਾ। 2015 'ਚ ਇਹਨਾਂ ਦੀ ਮੈਰਿਜ ਹੋਈ ਅਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕੰਪਲੇਂਟ 'ਚ ਵੀ 28 ਲੱਖ ਰੁਪਈਆ ਮੇਰੇ ਤੋਂ ਖਰਚਾ ਕੇ ਜਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਅਤੇ ਕੁੜੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਬੇਸ 'ਤੇ। ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨਹੀਂ ਕਨੇਡਾ ਅਤੇ ਇਸ ਕਰਕੇ ਇਹਨੇ ਕੰਪਲੇਂਟ ਦਿੱਤੀ ਅਤੇ ਉਹ ਕੰਪਲੇਂਟ ਦੀ ਪੜਤਾਲ ਹੋਣ ਉਪਰੰਤ ਮੁਕੱਦਮਾ ਨੰਬਰ 94 ਸਾਲ 2021 ਅਤੇ ਅੰਡਰ ਸੈਕਸ਼ਨ 420 400 CIPC ਥਾਣਾ ਸਦਰ ਹਾਈਕੋਰਟ ਦਰਜ ਹੋਇਆ ਸੀ। ਉਸ ਮੁਕੱਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕਨੇਡਾ ਜਾ ਚੁੱਕੀ ਸੀ ਵਿਆਹ ਕਰਾ ਕੇ ਤਾਂ ਅਸੀਂ LOC ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ। ਉਹ LOC ਉਹ ਕੈਨੇਡਾ ਤੋਂ ਆਈ ਅਤੇ ਉਹ ਸਾਨੂੰ ਏਅਰਪੋਰਟ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਵੀ ਭਾਈ ਆ ਜਾਓ ਇਹਨੂੰ ਸਾਡੇ ਹੈਂਡ ਓਵਰ ਕਰਤਾ ਉਹਨਾਂ ਨੇ ਉਹਨੂੰ ਕਰ ਕਾਬੂ ਕਰਕੇ ਅਤੇ ਉਹਦੀ ਅਸੀਂ ਇਸ ਮੁਕੱਦਮੇ 'ਚ ਅਰੈਸਟ ਪਾਈ ਹੈ ਜੀ ਅਤੇ ਕੱਲ੍ਹ ਅੱਜ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜੀ। ਇਸ ਮੁਕੱਦਮੇ 'ਚ ਉਹ ਤੋਂ ਪੁੱਛਗਿੱਛ ਜਾਰੀ ਹੈ ਜੀ। ਜੋ ਲੜਕੀਆਂ ਇਸ ਤਰ੍ਹਾਂ ਕਰਕੇ ਜਾਂਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਇਹ ਦੇਖੋ ਜੀ, ਇੱਕ ਤਾਂ ਬੰਦਾ ਬੇਰੁਜ਼ਗਾਰ ਹੁੰਦਾ, ਉਹਦੇ ਨਾਲ ਉਹਨੇ ਆਪਣੀ ਜੋਬ ਲਈ ਉਹ ਇਹ ਸਾਰਾ ਕੁਛ ਕਰਦਾ, ਇੱਕ ਉਹ ਵੀ ਹੋਰ ਪ੍ਰੋਪਰਟੀ ਲੋਸ ਹੋ ਜਾਂਦੀ ਆ ਅਤੇ ਉਹ ਨਾ ਤਾਂ ਇੱਧਰਲਾ ਰਹਿੰਦਾ ਨਾ ਉੱਧਰਲਾ। ਅਜਿਹਾ ਨਹੀਂ ਕਰਨਾ ਚਾਹੀਦਾ ਜੀ, ਕਾਨੂੰਨ ਦੇ ਹੱਥ ਲੰਬੇ ਆ ਜੀ, ਜੋ ਕਰੂਗਾ ਉਹ ਬਚ ਨਹੀਂ ਸਕਦਾ। ਸਾਡੀ ਅਪੀਲ ਆ ਨੌਜਵਾਨਾਂ ਨੂੰ, ਲੜਕੀਆਂ ਅਤੇ ਲੜਕਿਆਂ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦੀ ਧੋਖੇਬਾਜ਼ੀ, ਇਹਦੇ ਨਾਲ ਉਹਨਾਂ ਦਾ ਵੀ ਭਵਿੱਖ ਖਰਾਬ ਹੁੰਦਾ। ਮੁਕੱਦਮੇਬਾਜ਼ੀ 'ਚ ਪੈਂਦੇ ਆ ਫਿਰ ਮਤਲਬ ਉਹਨਾਂ ਦਾ ਜਿਹੜਾ ਫਿਊਚਰ ਆ ਉਹ ਵੀ ਤਬਾਹ ਹੁੰਦਾ ਜੀ।